ਮੁਹੱਬਤ ਨਾਲ ਦੋਵੇਂ ਹੱਥ ਚੁੱਕੇ ਹਰ ਨਾਂ ਤੋਂ ਬਾਅਦ ਉੱਚੀ ਕਹੇਗਾ ਸੁਭਾਨ ਅੱਲਾਹ। ਜਿਹਦੇ ਠੀਕ ਨੇ ਚੁੱਕੇ, ਜਿਹਨੂੰ ਕੋਈ ਦਰਦ ਦੂਰ ਤੇ ਅੱਲਾਹ ਮਹਿਫਲ ਦੇ ਸਦਕਾ ਹੀ ਦੂਰ ਕਰ ਦੇਵੇ, ਹੱਥ ਦੋਵੇਂ ਚੁੱਕੇ ਕਹਿਣਾ ਸੁਭਾਨ ਅੱਲਾਹ। ਅਰਹਿਮ ಅಲ್ಲಿ الكافز الباسط الخافز الرافي المعيز مزيل السمير بصير حكم الأدل اللطيف الكبير الهليم العزيز اللطيف الكبير الهليم العزيز اللطيف الكبير الهليم العزيز اللطيف الكبير الهليم العزيز الغفور الشكور علي الكبير حفيظ مقيم ਸਭ ਨੂੰ ਰਿਜ਼ਕ ਕੌਣ ਦਿੰਦਾ ਹੈ? ਹੱਥ ਸੱਜਾ ਚੁੱਕੇ ਅੱਲਾ ਦੇ ਨਾਂ ਤੇ ਕਹਿ ਸਕਦਾ ਹੈ, ਉਹ ਸ਼ਰਮਾਏਗਾ ਨਹੀਂ। ਦੋਨਾਂ ਹੱਥਾਂ ਨੇ ਕਰੀ ਉਠਾ ਕੇ ਕਹਿਣਾ ਅੱਲਾ 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 ਹਾਂ ਪੜੀਏ ਅੱਲਾ 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 ਬੋਲੋ ਅੱਲਾ 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 ਬੋਲੋ ਅੱਲਾ 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 ਲਜਪਾਲ ਜੀ ਦਾ ਰਖਵਾਲਾ ਸ਼ਰਮਾਏਗਾ ਨਹੀਂ, ਇੱਕ ਵਾਰੀ ਕੈਮਰਾ ਘੁਮਾਣਾ ਹੈ ਹੱਥ ਦੋਵੇਂ। ਖੁਦਾ ਦੀ ਕਸਮੇ ਪਿੰਡ ਦਾ ਨਾਂ ਹੈ 563 ਐਂਡ 63 ਹਜ਼ੂਰ ਦੀ ਜ਼ਾਹਰੀ ਉਮਰ ਵੀ ਅਲਹਮਦੁਲਿਲਾ ਜੀ ਨੇ ਜ਼ਾਹਰੀ ਤੌਰ ਤੇ ਮੰਨੀ ਬੈਠਾ ਹੈ। ਦੋਨੋਂ ਹੱਥ ਉਠਾ ਕੇ ਕਵੇਗਾ ਕਿ ਲਜਪਾਲ ਜੀ ਦਾ ਰਖਵਾਲਾ ਹੈ ਜੀ, ਲਜਪਾਲ ਜੀ ਦਾ ਰਖਵਾਲਾ ਹੈ। ਉਹ ਹੀ ਪੜੇਗਾ ਲਜਪਾਲ ਜੀ ਦਾ ਰਖਵਾਲਾ ਹੈ ਜੀ, ਲਜਪਾਲ ਜੀ ਦਾ ਰਖਵਾਲਾ ਹੈ। ਉਹਨੂੰ ਕਾਲ ਮਿਟਾਉਣ ਸਾਡੀ ਉਸ ਸੋਹਣੇ ਨਾਲ ਲੱਗ ਗਈ ਏ, ਸਾਡੀ ਉਸ ਸੋਹਣੇ ਨਾਲ ਲੱਗ ਗਈ ਏ, ਸਾਡੀ ਉਸ ਸੋਹਣੇ ਨਾਲ ਲੱਗ ਗਈ ਏ, ਜਿਹੜਾ ਤੋੜ ਨਿਭਾਉਣ ਵਾਲਾ ਏ। ਅੱਲਾ 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 ਬੋਲੋ ਅੱਲਾ 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 ਬਣਦੀ ਸੀ ਚੀਜ਼ ਸਾਰੀ ਉਹ ਜਿੱਥੇ ਮੇਰੇ ਨਬੀ ਦਾ ਡੇਰਾ ਏ ਉੱਥੇ ਰਹਿੰਦਾ ਸਦਾ। ਸਿਰਫ ਇੱਕ
ਗੱਲ ਸੱਚੀ ਹੈ ਤੇ ਹੱਥ ਸੱਜਾ ਪੰਜਾ ਚੁੱਕ ਕੇ ਕਹਿਣਾ ਹੋ ਜਿੱਥੇ ਮੇਰੇ ਨਬੀ ਦਾ ਡੇਰਾ ਹੈ ਜੀ ਜਿੱਥੇ ਮੇਰੇ ਨਬੀ ਦਾ ਡੇਰਾ ਹੈ ਉੱਥੇ ਰਹਿੰਦਾ ਸਦਾ ਸਦੇਰਾ ਹੈ ਜਿੱਥੇ ਤੇ ਆਤਾ ਆਖਣੇ ਤੇ ਇਹਨੂੰ ਛੱਡ ਦਿਓ ਇਹਨੂੰ ਛੱਡ ਦਿਓ ਇੱਥੇ ਤੇਰਾ ਹੈ ਅੱਲਾ ਅੱਲਾ ਦੇ ਸ਼ੇਰ ਦਾ ਨਾਰਾ ਸ਼ੇਰ ਬਣ ਕੇ ਜ਼ਰਾ ਨਾਰਾਏ ਹੈਦਰੀ ਨਾਰਾਏ ਹੈਦਰੀ ਉਹਦੀ ਕਿਸਮਤ ਯਾਰ ਬਲੀ ਹੋਵੇ ਕਿਹਦੀ ਉਹ ਜਿਹਦਾ ਰਾਖਾ ਮੌਲਾ ਅਲੀ ਕਿਸਮਤ ਯਾਰੋ ਬਲੀ ਹੋਵੇ ਹੋ ਜਿੱਦਾਂ ਰਾਖਾ ਮੌਲਾ ਅਲੀ ਹੋਵੇ ਜਿੱਦਾਂ ਰਾਖਾ ਮੌਲਾ ਅਲੀ ਹੋਵੇ ਜਿੱਦਾਂ ਰਾਖਾ ਮੌਲਾ ਅਲੀ ਹੋਵੇ ਜਿੱਦਾਂ ਪੀਰ ਮੇਰੇ ਅਲੀ ਹੋਵੇ ਸ਼ਬੀਰ ਦਾ ਚੜ ਕੇ ਨੇਜ਼ੇ ਦੇ ਜਿਹੜਾ ਸੱਜਾ ਸੈਦਾਂ ਦਾ ਖਾਂਦਾ ਸੱਜਾ ਪੰਜਾ ਚੁੱਕ ਕੇ ਕਹਿੰਦਾ ਕਿਉਂ ਨਹੀਂ ਸ਼ਬੀਰ ਦਾ ਚੜ ਕੇ ਨੇਜ਼ੇ ਦੇ ਸ਼ਬੀਰ ਦਾ ਚੜ ਕੇ ਨੇਜ਼ੇ ਦੇ ਸ਼ਬੀਰ ਦਾ ਚੜ ਕੇ ਨੇਜ਼ੇ ਦੇ ਕੁਰਾਨ ਸੁਣਾਣਾ ਵੱਖਰਾ ਏ ਅੱਲਾ ਲਫ਼ਜ਼ ਵੀ ਪੰਜਾਬੀ ਦਾ ਵੱਖਰਾ ਹੈ ਕਿ ਦੁਨੀਆ ਦੇ ਸਾਰੇ ਘਰਾਣਿਆਂ ਚੋਂ ਸੱਜਾ ਪੰਜਾ ਚੁੱਕ ਕੇ ਕਹਿਣਾ ਜ਼ਰਾ ਉਹ ਪੰਜ ਤਨ ਦਾ ਘਰਾਣਾ ਵੱਖਰਾ
पांच तन दा कराना बखरा है और कोई मन्ने ना मन्ने सी कहने अल्लाह पाक दी सारी कायनात विचों अल्लाह पाक दी सारी कायनात विचों हसनैन दा नाना बखरा है अल्लाह 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 स्लो सिर्फ इसलिए करनी है जो मेरी आवाज बिल्कुल स्लो हो एक कट्ठे सुभान अल्लाह कहना इंशाल्लाह तुसी मौल वेखना है फियाज भाई इंशाल्लाह ऐसी सुभान अल्लाह तुसी शुरू तो नहीं सुनी इंशाल्लाह अगे अल्लाह जाने जो बात स्लो हो अदल करे ते थर थर कंबन उचिया शाना वाले अदल करे ते थर थर कंबन थर थर कंबन स्टेज वाले भी जरा सुभान अल्लाह इकट्ठे इन्हां नाल मिल के कहना है अदल करे थर थर कंबन थर थर कंबन थर थर कंबन थर थर कंबन थर 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 कंबन हां कंबन थर थर कंबन हां कंबन थर थर कंबन हां कंबन थर थर कंबन अदल करे नैन सा करी बस माफ करी मौला माफ करी दोनों हाथ उठा के हर बंदा बोले अदल करे दे थर थर कंबन अदल करे दे कंबन अदल करे दे करे अदल करे दे थर थर कंबन अदल करे दे थर थर कंबन थर थर कंबन कंबन थर थर कंबन हां कंबन थर थर कंबन अदल करे ते थर थर कंबन उचिया शाना वाले उचिया शाना वाले अदल करे ते थर थर कंबन उचिया शाना वाले अदल करे ते बख्शे दा साजे जे मुकाले बोलो अल्लाह 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 चोक जिन्हां दी होवे ओने चुकदे दाणे ओती चोक जिन्हां दी होवे ओती चोक जिन्हां दी होवे ओती चोक जिन्हां दी होवे ओती चोक ओती चोक जिन्हां दी हां ओती चोक जिन्हां दी होवे ओने चुकदे दाणे ओती चोक जिन्हां दी होवे 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 ओती चोक जिन्हां अल्लाह मोहम्मद चारिया हाजी ख्वाजा कुतुब फरी मोती चोग जिन्ना दी होवे हो नहीं चुगदे दाने क्योंकि बाज मुर्शिद ने रब दा पता मिलदा ਸਭੀ ਗੇੜੇ ਪੀਰ ਜਿਨ੍ਹਾਂ ਦੇ ਸਿਰ ਤੇ ਹੋਵੇ ਫਿਰ ਕੌਣ ਉਹਨਾਂ ਨੂੰ ਛੇੜੇ ਮੁਰਸ਼ਿਦ ਵਾਲਾ ਜਿਹੜਾ ਹੈ ਇਸ ਗੱਲ ਤੇ ਜਿਹਨੂੰ ਮਾਣ ਹੱਥ ਸੱਜਾ ਚੁੱਕ ਕੇ ਕਵੇਗਾ ਮੋਤੀ ਚੋਗ ਜਿਨ੍ਹਾਂ ਦੀ ਹੋਵੇ ਉਹ ਨਹੀਂ ਚੁੱਕਦੇ ਦਾਣੇ ਮੋਤੀ ਚੋਗ ਜਿਨ੍ਹਾਂ ਦੀ ਹੋਵੇ ਉਹ ਨਹੀਂ 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 मोती चोग जिन्हां दी होवे ओह नहीं चुकदे दाणे मोती मुर्शिद वाला हाथ उठा के कहेगा मोती चोग जिन्हां दी होवे ओह नहीं चुकदे दाणे
ਸੱਚੀ ਜੋਤ ਜਿਨ੍ਹਾਂ ਦੀ ਹੋਵੇ ਉਹ ਨਹੀਂ ਚੁਗਦੇ ਤਾਰੇ ਪੀਰ ਜਿਨ੍ਹਾਂ ਦੇ ਸਿਰ ਤੇ ਹੋਵੇ ਪੀਰ ਜਿਨ੍ਹਾਂ ਜਿੰਨੀ ਦੇਰ ਮਰਜ਼ੀ ਲੱਗੇ ਰਹੀ ਹੱਥੋਂ ਮੈਂ ਚੁੱਕੇ ਕਹੋ ਜਰਾ ਸੁਭਾਨ ਅੱਲਾ ਹੋ ਲੱਖ ਲਿਬਾਸ ਬਦਨ ਤੇ ਪਾ ਵਾਲੇ ਲੰਘ ਲੰਘ ਜਾਂਦੇ ਕਾਮਿਲ ਪੀ ਇਰਫਾਨ ਜੱਟ ਸਾਹਿਬ ਇਹ ਮੇਰੇ ਨਾਲ ਆਏ ਨੇ ਲਾਹੌਰ ਤੋਂ ਔਰ ਇਹਨਾਂ ਮੈਨੂੰ ਆਉਂਦਿਆਂ ਦੇ ਕਿਹਾ ਜਿਹੜਾ ਕਲਾਮ ਨਵਾਂ ਲਿਖਿਆ ਉਹ ਪੜ੍ਹਨਾ ਜ਼ਰੂਰ ਹੈ ਉੱਥੇ ਪੜ੍ਹਿਆ ਮੈਂ ਪਹਿਲੇ ਵੀ ਲੇਕਿਨ ਇਹਨਾਂ ਕਿਹਾ ਵੀ ਉਹ ਉੱਥੇ ਜ਼ਰੂਰ ਪੜ੍ਹਨਾ ਹੈ ਕਿਉਂਕਿ ਪੂਰੇ ਪਾਕਿਸਤਾਨ ਜਿੱਥੇ ਵੀ ਗੱਲ ਰਿਕਾਰਡ ਹੋ ਰਹੀ ਮੈਂ ਕਦੀ ਪੈਸੇ ਲੈ ਕੇ ਨਾਤ ਨਹੀਂ ਪੜ੍ਹੀ ਅਲਹਮਦੁਲਿਲਾ ਅਲਹਮਦੁਲਿਲਾ ਕਦੀ ਵੇਖ ਕੇ ਨਾਤ ਨਹੀਂ ਪੜ੍ਹੀ ਇਸੇ ਲਈ ਤੇ ਮਾਲਕ ਨੇ ਚੀਜ਼ ਸਾਖੀ ਸਾਹਿਬ ਅਤਾ ਕੀਤੀ ਹੈ ਕਿ ਇੱਕ ਮੰਗੀਏ ਤੇ ਸੋਨਾ ਕਈ ਕਰੋੜ ਦਿੰਦਾ ਏ ਉਹ ਨਾ ਬੋਲੇ ਜਿਹੜਾ ਚੌਧਰੀ ਹੈ ਸੇਠ ਬਣ ਕੇ ਆਏ ਜਿਹੜਾ ਹਜ਼ੂਰ ਦੇ ਦਰ ਦਾ ਮੰਗਦਾ ਏ ਚੋਲੀ ਖੈਰ ਪੈ ਜਾਵੇ ਹੱਥ ਦੋਵੇਂ ਚੁੱਕ ਕੇ ਗਵੇਗਾ ਇੱਕ ਮੰਗੀਏ ਤੇ ਹੱਕੇ ਇੱਕ ਮੰਗੀਏ ਤੇ ਇੱਕ ਮੰਗੀਏ ਤੇ ਇੱਕ ਮੰਗੀਏ ਤੇ ਸੋਨਾ ਕਈ ਕਰੋੜ ਦਿੰਦਾ ਏ ਬਾਬਾ ਜੀ ਪਹਿਲੇ ਮੁੱਕਦੇ ਨਹੀਂ ਹੱਕੇ ਕਹਿਣੇ ਉਹ ਪਹਿਲੇ ਮੁੱਕਦੇ ਨਹੀਂ ਉਹ ਪਹਿਲੇ ਮੁੱਕਦੇ ਨਹੀਂ ਉੱਤੋਂ ਸੋਨਾ ਹੋਰ ਦਿੰਦਾ ਏ ਪਹਿਲੇ ਮੁੱਕਦੇ ਨਹੀਂ ਉੱਤੋਂ ਸੋਨਾ ਹੋਰ ਦਿੰਦਾ ਏ ਸਟੇਜ ਵਾਲੇ ਵੀ ਦੋਨੋਂ ਹੱਥ ਉਠਾ ਕੇ ਕਹੀਏ ਉਹ ਪਹਿਲੇ ਮੁੱਕਦੇ ਨਹੀਂ ਉਹ ਪਹਿਲੇ ਮੁੱਕਦੇ ਨਾ ਪਹਿਲੇ ਮੁੱਕਦੇ ਨਹੀਂ ਉਹ ਪਹਿਲੇ ਮੁੱਕਦੇ ਨਹੀਂ ਉੱਤੋਂ ਸੋਨਾ ਹੋਰ ਦਿੰਦਾ ਏ ਹੋਰ ਦਿੰਦਾ ਏ ਹੋਰ ਦਿੰਦਾ ਏ ਪਹਿਲੇ ਮੁੱਕਦੇ ਨਹੀਂ ਉੱਤੋਂ ਸੋਨਾ ਹੋਰ ਦਿੰਦਾ ਏ ਇੱਕ ਮੰਗੀਏ ਤੇ ਇੱਕ ਮੰਗੀਏ ਤੇ ਹੱਕੇ ਇੱਕ ਮੰਗੀਏ ਤੇ ਇੱਕ ਮੰਗੀਏ ਤੇ ਸੋਨਾ ਕਈ ਕਰੋੜ ਦਿੰਦਾ ਮੁੱਕਦੇ ਨਹੀਂ ਉਹ ਪਹਿਲੇ ਮੁੱਕਦੇ ਨਹੀਂ ਸਾਖੀ ਸਾਹਿਬ ਉਹ ਪਹਿਲੇ ਮੁੱਕਦੇ ਨਹੀਂ ਉਹ ਪਹਿਲੇ ਮੁੱਕਦੇ ਨਹੀਂ ਉੱਤੋਂ ਸੋਨਾ ਹੋਰ ਦਿੰਦਾ ਹੋਰ ਦਿੰਦਾ ਹੋਰ ਦਿੰਦਾ ਏ ਉਹ ਪਹਿਲੇ ਮੁੱਕਦੇ ਨਹੀਂ ਉੱਤੋਂ ਸੋਨਾ ਹੋਰ ਦਿੰਦਾ ਏ ਸਾਰਾ ਦਾ ਬਾਬਾ ਯਾਰ ਬੜਾ ਲਜਪਾਲੇ ਬੜਾ ਲਜਪਾਲੇ ਸੈਯਦ ਖੜੇ ਨੇ ਖੁਦਾ ਦੀ ਕਸਮ ਮੈਨੂੰ ਸੱਤਾ ਹੀ ਖੈਰਾਂ ਨੇ ਹੱਥ ਉਠਾ ਕੇ ਜਿਹੜਾ ਸੱਤਾ ਸੈਯਦਾਂ ਨੇ ਖਾਂਦਾ ਕਹਿੰਦਾ ਕਿਉਂ ਨਹੀਂ ਸਹਰਾ ਦਾ ਬਾਬਾ ਯਾਰ ਬੜਾ ਲਜਪਾਲੇ ਬੜਾ ਲਜਪਾਲੇ ਬੜਾ ਲਜਪਾਲੇ ਲਜਪਾਲ ਜਿਦਾ ਰਖਵਾਲਾ ਏ ਉਹਨੂੰ ਕੌਣ ਮਿਟਾਵਣ ਵਾਲਾ ਏ ਸਾਡੀ ਉਸ ਸੋਹਣੇ ਮਾਂ ਫੜ ਲਈਏ ਜਿਹੜਾ ਤੋੜ ਨਿਭਾਵਣ ਵਾਲਾ ਏ ਰਿਸਾਲ ਹੌਲੀ ਹੌਲੀ
سارے کہو او زہرا دا بابا یار بڑا لجپال اپنے غلاماں دا ਉਹ ਰੱਖਦਾ ਖਿਆਲ ਕਿਵੇਂ ਕਿ ਦੁੱਖ ਆਉਣ ਵਾਲੇ ਹੱਕੇ ਦੁੱਖ ਆਉਣ ਵਾਲੇ ਸਾਡੇ ਵੱਲੋਂ ਮੋੜ ਦਿੰਦਾ ਏ ਦੁੱਖ ਆਉਣ ਵਾਲੇ ਸਾਡੇ ਵੱਲੋਂ ਮੋੜ ਦਿੰਦਾ ਏ ਪਹਿਲੇ ਮੁੱਕਦੇ ਨਹੀਂ ਉੱਤੋਂ ਸੋਹਣਾ ਹੋਰ ਦਿੰਦਾ ਏ ਕਰਕੇ ਅੱਗੇ ਚੱਲਣਾ ਹੈ ਕਿ ਵਾਰਸ ਅਲੀ ਚਿਸ਼ਤੀ ਸਵਾਲੀ ਉਹਦੇ ਦਰ ਦਾ ਮੈਂ ਪਹਿਲੇ ਕਿਹਾ ਚੌਧਰੀਆਂ ਸੇਠ ਨਾ ਬੋਲੇ ਜਿਹੜਾ ਹਜ਼ੂਰ ਦੇ ਦਰ ਦਾ ਸਵਾਲੀ ਉੱਚੀ ਸੁਭਾਨ ਅੱਲਾਹ ਕਰੇ ਜ਼ਰਾ ਉਹ ਵਾਰਸ ਅਲੀ ਚਿਸ਼ਤੀ ਸਵਾਲੀ ਉਹਦੇ ਦਰ ਦਾ ਜੱਟ ਸਾਹਿਬ ਤੁਹਾਡੀ ਡਿਊਟੀ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਫੜਦਾ ਤਵੱਜੋ ਮੇਰੇ ਵੱਲ ਕਰਨਾ ਇਸ਼ਾਰਾ ਸਮਝ ਆਣਾ ਹਾਂ ਵਾਰਸ ਅਲੀ ਚਿਸ਼ਤੀ ਸਵਾਲੀ ਉਹਦੇ ਦਰ ਦਾ ਜਿਹੜਾ ਸਵਾਲੀ ਬਣ ਕੇ ਆਇਆ ਹੈ ਹੱਥਾਂ ਨੂੰ ਕੁਛ ਕੋਲ ਬਣਾ ਕੇ ਖੈਰ ਮੰਗੇ ਪਤਾ ਨਹੀਂ ਕਿਹਦੇ ਲਬਾਂ ਚੋਂ ਨਿਕਲੇ ਤੇ ਆਕਾ ਜੀ ਸਭ ਨੂੰ ਖੈਰ ਪਾ ਦੇ ਹਾਂ ਵਾਰਸ ਅਲੀ ਚਿਸ਼ਤੀ ਸਵਾਲੀ ਉਹਦੇ ਦਰ ਦਾ ਸੋਨੇ ਦਾ ਸਵਾਲੀ ਕਦੀ ਭੁੱਖਾ ਨਹੀਂ ਜੇ ਮਾਰਦਾ ਕਿਉਂ ਭੈਣ ਦਰਦਾਰ ਜਾਨ ਦੀ ਨਾ ਲੋੜ ਦਿੰਦਾ ਏ ਭੈਣ ਦਰਦਾਰ ਜਾਨ ਦੀ ਨਾ ਲੋੜ ਦਿੰਦਾ ਏ ਪਹਿਲੇ ਮੁੱਕਦੇ ਨਹੀਂ ਉੱਤੋਂ ਸੋਹਣਾ ਹੋਰ ਦਿੰਦਾ ਏ ਅੱਜ ਦੀ ਗੱਲ ਨਹੀਂ ਜੱਟ ਸਾਹਿਬ ਕਹੀ ਜਾ ਰਹੇ ਨੇ ਉਹ ਪੜੋ ਕਿ ਬਚਪਨ ਸੇ ਹੀ ਸਰਕਾਰ ਕੇ ਟੁਕੜੋਂ ਪੇ ਪਲਾ ਹੋ ਜਿਹੜਾ ਪਲ ਕੇ ਜਵਾਨ ਹੋਇਆ ਇੱਥੋਂ ਤੱਕ ਪਹੁੰਚਿਆ ਹੱਥ ਉਠਾ ਕੇ ਕਵੇਗਾ ਬਚਪਨ ਸੇ ਹੀ ਸਰਕਾਰ ਕੇ ਟੁਕੜੋਂ ਪੇ ਪਲਾ ਹੋ ਬਚਪਨ ਸੇ ਹੀ ਸਰਕਾਰ ਕੇ ਟੁਕੜੋਂ ਪੇ ਪਲਾ ਮੈਂ ਬਚਪਨ ਸੇ ਹੀ ਸਰਕਾਰ ਕੇ ਟੁਕੜੋਂ ਪੇ ਪਲਾ ਹੋ ਬਚਪਨ ਸੇ ਹੀ ਸਰਕਾਰ ਕੇ ਟੁਕੜੋਂ ਪੇ ਪਲਾ ਹੋ ਮੈਂ ਸ਼ਾਹ ਮਦੀਨਾ ਕੇ ਕਦਾਂ ਕਦਾਂ ਮੈਂ ਸ਼ਾਹ ਮਦੀਨਾ ਕੇ ਕਦਾਂ ਕਦਾਂ ਕਿ ਕਾਸਾ ਲੀਏ ਦਹਲੀਜ਼ ਪੈਗੰਬਰ ਪੇ ਖੜਾ ਹੋ ਕਾਸਾ ਲੀਏ ਦਹਲੀਜ਼ ਪੈਗੰਬਰ ਪੇ ਖੜਾ ਮੈਂ ਕਾਸਾ ਲੀਏ ਦਹਲੀਜ਼ ਪੈਗੰਬਰ ਪੇ ਖੜਾ ਹੋ ਮੈਂ ਸ਼ਾਹ ਮਦੀਨਾ ਕੇ ਕਦਾਂ ਕਦਾਂ ਹੋ ਮੈਂ ਸ਼ਾਹ ਮਦੀਨਾ ਕੇ ਕਦਾਂ ਕਦਾਂ ਨਾਰਾ ਰਿਸਾਲਤ ਤਿੰਨ ਵਾਰੀ ਪੜ੍ਹਦੇ ਪੜ੍ਹਦੇ ਇਸ਼ਾਰਾ ਕੀਤਾ ਮੈਨੂੰ ਟਾਈਮ ਦੱਸੋ ਇਹਨਾਂ ਨਹੀਂ ਜੇ ਦੱਸਿਆ ਲੇਕਿਨ ਮੈਂ ਫਿਰ ਵੀ ਵਕਤ ਨੂੰ ਸਮਝਣਾ ਮਨਕਪਤ ਪੜ੍ਹ ਕੇ ਉਸ ਤੋਂ ਬਾਅਦ ਮਾਂ ਦੀ ਸ਼ਾਨ ਦਾ ਮੈਨੂੰ ਖਸੂਸੀ ਹੁਕਮ ਪੜ੍ਹ ਕੇ ਮੈਂ ਇਜਾਜ਼ਤ ਚਾਹਾਂਗਾ ਨਾਰਾ ਹੈਦਰੀ ਨਾਰਾ ਹੈਦਰੀ ਚਿਹਰਿਆਂ ਤੇ ਮੁਸਕਰਾਵਟ ਹੋਵੇ ਜ਼ਰਾ ਪਤਾ ਚੱਲੇ 563 ਵਿੱਚ ਆਇਆ ਦੋਨੋਂ ਹੱਥ ਉਠਾ ਕੇ ਨਾਰਾ ਹੈਦਰੀ ਉਹ ਪੱਕੀ ਗੱਲ ਉਹ ਸਦਾ ਸੁਖੀ ਰਹਿਣਗੇ ਆਪਣੀ ਆਪੇ ਆਪ ਇਨਸਾਫ ਕਰਨਾ ਉਹ ਪੱਕੀ ਗੱਲ ਉਹ ਸਦਾ ਸੁਖੀ ਰਹਿਣਗੇ ਕੌਣ ਦੋਨੋਂ ਹੱਥ ਉਠਾ ਕੇ ਕੈਮਰਾ ਵੱਜੇ ਨਾ ਵੱਜੇ ਜੋ ਅਲੀ ਅਲੀ ਕਹਿਣਗੇ
ਕਸ਼ਤੀ ਬਣਾਈ ਏ ਅਲੀ ਅਲੀ ਕਰਕੇ ਮੈਂ ਕਸ਼ਤੀ ਬਣਾਈ ਏ ਉਹ ਡੁੱਬਦੀ ਨਹੀਂ ਬਹਿ ਜੇ ਭਾਵੇਂ ਸਾਰੀ ਖੁਦਾਈ ਬਾਬਾ ਜੀ ਇੱਥੇ ਤਾਂ ਬੰਦਾ ਹੀ ਕੋਈ ਨਹੀਂ ਅਲੀ ਇਮਾਮ ਮਨਮ ਗੁਲਾਮ ਅਲੀ ਮੈਂ ਜਿਹੜੀ ਗੱਲ ਕਰਾਂ ਉਹ ਤੁਹਾਨੂੰ ਉਂਝ ਸਮਝ ਆਵੇ ਤੇ ਜਿਹੜੀ ਤੁਸੀਂ ਕਰੋ ਮੈਨੂੰ ਵੀ ਸਮਝ ਆ ਜਾਏ ਹੈ ਦਰੀਆਂ ਇੱਥੇ ਬੰਦੀ ਸੱਚੀ ਸਾਰੀ ਜ਼ਬਾਨ ਹੈ ਦਰੀਆਂ ਕਲੰਦਰਮ ਮਸਤਮ ਹੈ ਦਰੀਆਂ ਅਲੀ ਵਾਲਾ ਤੇ ਜ਼ਰਾ ਦੋਨੋਂ ਹੱਥ ਉਠਾ ਕੇ ਗਏਗਾ ਹੈਦਰੀਯਮ ਕਲੰਦਰਮ ਮਸਤਮ ਹੈਦਰੀਯਮ ਕਲੰਦਰਮ ਮਸਤਮ ਹੈਦਰੀਯਮ ਕਲੰਦਰਮ ਮਸਤਮ ਹੈਦਰੀਯਮ ਹੈਦਰੀਯਮ ਪੇਸ਼ਵਾ ਤਮਾਮ ਰਿੰਦਾ ਨਮ ਕੇ ਸਗੇ ਕੂਏ ਸ਼ੇਰੇ ਯਜ਼ਦਾਨ ਗੋਦ ਮਾਂ ਦੀ ਇਹ ਦਰਸਗਾਹ ਪਹਿਲੀ ਇੱਥੋਂ ਜ਼ਿੰਦਗੀ ਦਾ ਨਸਬੁਲ ਐਨ ਬਣਦਾ ਹੈ ਖਮੋਸ਼ੀ ਨਾਲ ਗੱਲ ਸੁਣ ਗੋਦ ਮਾਂ ਦੀ ਸਟੇਜ ਵਾਲਿਆਂ ਦੀ ਗੋਦ ਮਾਂ ਦੀ ਦਰਸਗਾਹ ਪਹਿਲੀ ਇੱਥੋਂ ਜ਼ਿੰਦਗੀ ਦਾ ਨਸਬੁਲ ਐਨ ਬਣਦਾ ਹੈ ਇੱਥੋਂ ਦਾਤਾ ਖਵਾਜਾ ਫਰੀਦ ਬਣ ਕੇ ਦੁਖੀ ਦਿਲਾਂ ਦੇ ਵਾਸਤੇ ਚੈਨ ਬਣਦਾ ਹੈ ਸ਼ਰਮੋ ਹਯਾ ਦੀ ਮਾਂ ਜੇ ਹੋਵੇ ਬੈਕਲ ਫਿਰ ਪੁੱਤਰ ਵੀ ਗੌਸੇ ਸਕਲੈਣ ਬਣਦਾ ਹੈ ਸੈਯਦਾ ਖਾਚੂ ਨੇ ਜੰਨਤ ਜੇ ਮਾਂ ਹੋਵੇ ਫਿਰ ਲਾਲ ਵੀ ਸਖੀ ਹੁਸੈਨ ਬਣਦਾ ਸੈਯਦਾ ਆ ਤੈਨੂੰ ਪਰਦੇ ਦੀ ਗੱਲ ਮੈਂ ਸੁਣਾਵਾਂ ਸ਼ਾਹਜੀ ਆ ਤੈਨੂੰ ਪਰਦੇ ਦੀ ਗੱਲ ਮੈਂ ਸੁਣਾਵਾਂ ਤਵੱਜੋ ਕਰਨੀ ਬਾਈ ਜਾਨ ਤੁਹਾਡੀ ਮਿਹਰਬਾਨੀ ਮੈਂ ਇਸ ਲਈ ਇਹ ਮਾਈਕ ਤੋਂ ਬਗੈਰ ਇਹਦੇ ਮਜਮਾ ਹੀ ਕੋਈ ਨਹੀਂ ਆਖਰੀ ਬੰਦੇ ਤੱਕ ਆਵਾਜ਼ ਬਗੈਰ ਮਾਈਕ ਤੋਂ ਨਾ ਪਹੁੰਚੇ ਉੱਥੇ ਦੱਸ ਦੇਵੇ ਕਿ ਆਵਾਜ਼ ਨਹੀਂ ਆ ਰਹੀ ਤਵੱਜੋ ਕਰਨਾ ਮੇਰੀ ਗੱਲ ਆ ਤੈਨੂੰ ਪਰਦੇ ਦੀ ਗੱਲ ਮੈਂ ਸੁਣਾਵਾਂ ਤੇਰੇ ਦਿਲ ਤੋਂ ਅੰਗਰੇਜ਼ੀ ਦੀ ਉੱਲੀ ਲਾਵਾਂ ਗੱਲ ਮੈਂ ਸੁਣਾਵਾਂ
دل تو انگریزی دی اُلی لاواں پتا تینو زہرا دا رتبے چ کی اے اے زوجا علی دی محمد بی بی اگے مصطفیٰ سن پیچھے شاہ علی او سجے کھبے توجہ کرنا سجے کھبے لائے دوویں نال بالک سی وچکار ہوئی او پردے دی مالک سی چادر دے وچ او بدن انج لکایا چادر دے وچوں بدن اج لکایا نہیں ویکھ سکدا کوئی ماں دا جایا نشانے قدم اج قدم نو توچو نشانے قدم اج قدم نو چھپا دے دوویں قدم سیدہ تے اج پردا پا دے زمین ویکھے دسدا قدم مصطفیٰ دا فلک ویکھے دسدا قدم مرتضیٰ جی نو سجنو جی ہوندی ہے اللہ ہو جی خصوصاً میری بہن کی فرمائش جی پردے چ سن رہی ہیں جی نو سجنو توجہ نال گل سننا جی نو سجنو سمجھنا ذرا جی نو سجنو جی ہوندی ہے دسو ہور محبت بابا جی جی نو سجنو جی ہوندی ہے ہور محبت کی ہوندی ہے توجہ کرنی اگلی صدر تے پاوے دشمن دی بھی ہووے پر تھی تے سجنا اور میاں صاحب فرما دے نے تیاں لئی پردے خدا دی قسم ہے اللہ نہ کرے کتے کو مذاق ہے سبحان اللہ بھی کہو تو دنیا تے ایسا مذاق بنا دیں دے رکھ مٹی دے آباویا تیرے لیے رکھ مٹی دے آباویا غور کر کے کیڑی جگہ تے تیرا خمیر جانا وہ مٹی وچ تیرا اے شریر جانا توجہ اوتھے ہونا کسے دا لحاظ نہیں او اوتھے بادشاہ اوتھے فقیر جانا خالی ہاتھ تو آیا سے دنیا تے خالی ہاتھ تو ایتھو آخیر جانا چنگے چنگے آدے مندے مندے آدے بابا جی کرنا چھڈ جاندے جو اد وچکار بیلی جڑے ہون اصل پریت والے اگو کر دے نہیں توجہ اگو کر دے نہیں تکرار بیلی اونوں خواب زمانے دا کی ہون او جدا بیلی رب دا یار بیلی مینوں اشارہ ہو گیا ہے موضوع ایسا لمبا ہے یہ نہیں بھائی نو پتہ ہے یہ میرے کول کار آندے نے میں 8-8 10-10 گھنٹے الحمدللہ انجی پڑھدا رہی کیونکہ میں پہلے دسیا ریکارڈ ہو رہا ہے یوٹیوب تے میری ہر ویڈیو سن لینا میں کدی پورے پاکستان وچ ویکھ کے نعت خوانی کیتی ہی نہیں اپنے ذوق لئی پڑھیدا ہے او گھر بیٹھ کے بھی پڑھیے سونا سندا ہے
محبت آخری صرف دور بائیاں تے میری حاضری مکمل ہے تے سبحان اللہ اچھی ایک کری کہنا شیر سن کے بے فیض انسان دا سانو کی فیدا ناقص ایمان دا کی فیدا او جڑی نبی دے حق وچ نہ بولے او دسو اس زبان دا حشر دا میدان لگا ہوئے گا تواڈے تے میرے لج پالے آقا جی اپنے مقام محمود تے او جلوہ گر ہون گے اللہ فرمائے گا چنا نال ستارے لے جا مہربانی آخری میری حاضری لمحات نے چنا نال سارے بولو چنا نال ہاتھ سجا چوکے گنا چنا نال کیمرہ کمانا جی پتا چلے آخر چزوک کی ہے اسی یہ ویڈیو کو ایتھے نہیں رہنی پوری دنیا نے ویکھنی ہے یوٹیوب تے ہاتھ سجا چوکے گنا چنا نال چنا نال ستارے لے جا توجہ کرنی ہے کر کے اج نتارے لے جا میں کی کرنے دیوانے تیرے اج تو جنت وچ سارے پھر لے جا سونیا پھیر کے لے جا اے مک گئے نے اج پھڈے سارے بابا جی مک گئے نے اج دوزخ وچوں توجہ دوزخ وچوں کٹے سارے ہن تے سونیا خوش ہو جا جا تیرے منہ چھٹے وعدے دے مطابق ٹائم بھی خود پوچھا ہے تسی دعا ویسی آخری ربائی ہو لکھیا لیکھا بچی عدلت کو جو ساتے جس بندے تک بغیر مائک تو آواز پہنچے سن کے سبحان اللہ میرا ہاتھ بندہ ہے روکنی نہیں کنجوسی نہیں کر رہی سن لو ہو لکھیا لیکھا بچی عدلت کو جو ساتے اوہ تو لینا ہاتھ سجا چوکے کہنا ہے میں کلا ماں آپ پنڈال دا مجمع دیکھ کے آپ پہ فیصلہ کرنا کندی آواز زیادہ ہے لینا ہو میں لینا دیکھا بچی عدلت کو جو ساڑے اوہ تو لینا سارے بولو اوہ تو لینا اوہ میں لینا اوہ تو لینا اوہ میں لینا اے تیریاں میریاں آکڑا کس خاتے اوہ تمہیں دے جانا ٹہ جانا بابا جی توجہ کرنی ہے پھر بکل مار کے چکنا جدوں سائیا اللہ نہ ہنجوانو سلامت رکھے وہ کفن پا کے چکنا جدوں سائیا توجہ نہ کچھ چھوکے کچھ میں کہنا پھر تیرا میرا آخری باری تو میں ہاتھ چوک کے